ਇਹ ਜਿਹੜੀ ਤੀਰਥ ਯਾਤਰਾ ਸਨ ਲੋਕਾਂ ਨੂੰ ਪਰਮਾਤਮਾ ਨਾਲ ਸੱਚੇ ਪਾਤਸ਼ਾਹ ਨਾਲ ਜੋੜਨ ਦੇ ਜਿਹੜੇ ਯਤਨ ਸੀ ਉਸ ਨੂੰ ਉਹ ਕੰਮ ਚੰਗਾ ਸੀ ਇਸ ਲਈ ਅੱਜ ਫੇਰ ਸਰਕਾਰ ਨੇ ਉਹ ਸ਼ੁਰੂ ਕਰਨੀ ਪਈ ਉਹਨਾਂ ਦੀ ਮਜਬੂਰੀ ਹੋ ਗਈ ਮੈਂ ਤਾਂ ਚਾਹੂੰਗਾ ਭਗਵੰਤ ਮਾਨੰਦ ਵੀ ਇਸ ਯਾਤਰਾ ਨਾਲ ਜੁੜੇ ਪੈਗ ਛੱਕ ਲਾਉਣਾ ਛੱਡੇ ਰੱਬ ਵਾਲਾ ਬਣੇ ਤੇ ਚੰਗੀ ਗੱਲ ਹੈ ਇਹਨੂੰ ਵੀ ਉਹ バス ਦੀ ਸਵਾਰੀ ਕਰਨੀ ਜਿੱਦੀ ਝੰਡੀਆਂ ਘੱਟ ਵਿਖਾਵੇ ਤੇ ਸ਼ਰਧਾਲੂ ਬਣ ਕੇ ਜਾਵੇ ਕਿਤੇ ਖਾ ਪੀ ਕੇ ਨਾ ਜਾਇਆ ਕਰੇ ਜੀ ਇਹ ਥਾਵਾਂ ਤੇ ਰੱਬ ਰੱਬ ਕਰੇ ਤੇ ਸ਼ਾਇਦ ਪੰਜਾਬ ਦਾ ਭਲਾ ਹੋਵੇ